ਹੁਣ ਸਾਡੇ ਸਾਹਮਣੇ ਅਸੀਂ ਬੜੇ ਕੜਕੀ ਚ ਫਸ ਗਏ ਸੀ ਬੀਜੇਪੀ ਜਿੰਦੇ ਤੋਂ ਕਿਸਾਨ ਜਵਾਨ ਮਜ਼ਦੂਰ ਸਾਰੇ ਨਾਰਾਜ਼ ਸਨ ਉਹਨਾਂ ਦੇ ਨਾਲ ਸਾਡੀ ਪਾਰਟੀ ਦਾ ਸਮਝੌਤੇ ਦੀਆਂ ਕਨਸੂਆਂ ਲਗਾਤਾਰ ਚੱਲ ਰਹੀਆਂ ਸੀ ਬੀਜੇਪੀ ਜੇ ਪੰਜਾਬ ਦੇ ਕੁਝ ਮਸਲੇ ਹੱਲ ਕਰ ਦਿੰਦੀ ਏ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦੀ ਏ ਇਕਨੋਮਿਕ ਪੈਕੇਜ ਦੇ ਦਿੰਦੀ ਏ ਜਾਂ ਸਾਡੇ ਬੰਦੀ ਸਿੰਘ ਜਿਹੜੇ ਆ ਜ਼ਿਲ੍ਹਾ ਜੂਬੰਦ ਨੇ ਭਾਈ ਜਗਤਾਰ ਸਿੰਘ ਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੂੰ ਜੇ ਰਿਹਾ ਕਰ ਦਿੰਦੇ ਨੇ ਤੇ ਅਸੀਂ ਫਿਰ ਵੀ ਆਪਾਂ ਸੋਚ ਸਕਦੇ ਆ ਸੋ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਸਾਡੇ ਕੋਲ ਜਦੋਂ ਅਸੀਂ ਐਨਾਲਿਸਿਸ ਕੀਤਾ ਸਾਰਾ ਤੇ ਸਾਨੂੰ ਇਹ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਚੋਰ ਕਰਦੇ ਹਾਂ ਕਿ ਹੁਣ ਤੁਸੀਂ ਆਗੇ ਅਕਾਲੀ ਦਲ ਚ ਕਿ ਅਗਰ ਜੋ ਚੋਣਾਂ ਤੋਂ ਬਾਅਦ ਬੀਜੇਪੀ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਊਗਾ ਅਕਾਲੀ ਦਲ ਮੈਨੂੰ ਯਾਦ ਹੈ ਕਿ ਤੁਸੀਂ ਇੱਕ ਵਾਰਾ ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਤਿੱਖਾ ਸਵਾਲ ਕੀਤਾ ਸੀ ਉਹਨੇ ਗੱਲ ਨੂੰ ਗੋਲਮੋਲ ਕਰਤਾ ਸੀ ਲੇਕਿਨ ਮੈਂ ਕੋਈ ਗੱਲ ਨੂੰ ਗੋਲਮੋਲ ਨਹੀਂ ਕਰਨੀ ਚਾਹਾਂਗਾ ਮਤਭੇਦ ਸੀ ਠੀਕ ਹੈ ਜੀ ਲੇਕਿਨ ਮਨ ਭੇਦ ਨਹੀਂ ਹੁੰਦੇ ਬੇਦਬੀ ਦੇ ਘਟਨਾਵਾਂ ਦਾ ਜ਼ਿਕਰ ਸੀਗਾ ਉਦੋਂ ਵੀ ਹੁਣ ਵੀ ਬੇਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਹੈ ਤਾਂ ਜਿਹੜੀ ਇਤਰਾਜ਼ ਸੀਗੇ ਮੇਨ ਬੇਦਬੀ ਦਾ ਇਤਰਾਜ਼ ਸੀ ਇਨਸਾਫ ਦੇ ਇਤਰਾਜ਼ ਸੀ ਉਹ ਇਤਰਾਜ਼ ਅੱਜ ਕਿੱਥੇ ਖੜਾ ਹੈ ਤੁਸੀਂ ਜੁਆਇਨ ਕਰ ਰਹੇ ਹੋ ਬਿਕਰਮਜੀਤ ਸਿੰਘ ਮਜੀਠੀਆ ਤੇ ਪਰਚਾ ਹੋਇਆ ਤਾਂ ਪਾਰਟੀ ਉਹਨਾਂ ਦੇ ਪਿੱਛੇ ਖੜੀ ਹੈ ਤੁਸੀਂ ਵੀ ਬਿਕਰਮਜੀਤ ਸਿੰਘ ਮਜੀਠੀਆ ਦਾ ਡਿਫੈਂਸ ਲਓਗੇ ਹੈਂਡ ਪੰਜਾਬੀ ਨਿਊਜ਼ ਸੇ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਨੇੜੇ ਆ ਰਹੀਆਂ ਨੇ ਇੱਕ ਹਫ਼ਤੇ ਤੋਂ ਘੱਟ ਦਾ ਸਮਾਂ ਰਹਿ ਗਿਆ ਚੰਨੀ ਸਰਕਾਰ ਦਾ ਇਸ ਦੇ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਦੀ ਸਗਰਮੀ ਵੀ ਵਧੀਆ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਦੇ ਵਿੱਚ ਮੁੱਖ ਪਾਰਟੀ ਆ ਵਿਰੋਧੀ ਧਿਰ ਦੀ ਤਾਂ ਉਹਨਾਂ ਦੇ ਵਿੱਚ ਅੱਜ ਜਿਹੜੀ ਨਵੀਂ ਪਹਿਲ ਕਦਮੀ ਜਿਹੜੀ ਅੱਜ ਹੋਈ ਹੈ ਕਿ ਜੋ ਰਣਜੀਤ ਸਿੰਘ ਬ੍ਰਹਮਪੁਰਾ ਮਾਝੇ ਦੇ ਟਕਸਾਲੀ ਅਕਾਲੀ ਨੇਤਾ ਸੀਗੇ ਉਹਨਾਂ ਨੇ ਰੀਜੋਇਨ ਕੀਤਾ ਸਾਰੀ ਟੀਮ ਨੇ ਰੀਜੋਇਨ ਕੀਤਾ ਕਰਨੈਲ ਸਿੰਘ ਪੀਰ ਮੁਹੰਮਦ ਸਿਕ ਸਟੂਡੈਂਟ ਫੈਡਰੇਸ਼ਨ ਦੇ ਪੰਥਕਾ ਗੁਰੇ ਨੇ ਅਕਾਲੀ ਦਲ ਟਕਸਾਲੀ ਦੇ ਮੇਨ ਆਗੂ ਰਹੇ ਨੇ ਇਹ ਸਾਰਾ ਜਿਹੜਾ ਅਕਾਲੀ ਟਕਸਾ ਅਕਾਲੀ ਦਲ ਟਕਸਾਲੀ ਹੈ ਉਹ ਹੁਣ ਦੁਬਾਰਤੋਂ ਉਹਦਾ ਵਿਲੇ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆਪਾਂ ਗੱਲਬਾਤ ਕਰਦੇ ਆ ਕਰਨੈਲ ਸਿੰਘ ਪ੍ਰੀਮੋਹਮਦ ਸਾਡੇ ਨਾਲ ਨੇ ਕਿ ਕਿੱਦਾਂ ਮਹਿਸੂਸ ਕਰ ਰਹੇ ਨੇ ਸਰ ਘਰ ਵਾਪਸੀ ਤੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਮੀਆਂ ਸੁਵਾਮਾਂ ਕੀਤੀਆਂ ਮੈਂ ਜਦੋਂ ਕੈਪਟਨ ਕਮਲਜੀਤ ਸਿੰਘ ਜੀ ਸਨ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਵਿੱਚ ਵੀ ਸੀ ਤੇ ਉਹ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੇਖੋ ਹਰ ਲੀਡਰ ਦਾ ਇੱਕ ਹੁੰਦਾ ਹੈ ਕਿ ਜਿਨ੍ਹਾਂ ਨਾਲ ਪਿਆਰ ਹੁੰਦਾ ਸਤਿਕਾਰ ਹੁੰਦਾ ਉਸ ਤੋਂ ਬਾਅਦ ਲਗਾਤਾਰ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਜਿਹੜੀ ਆਪਣੇ ਨਵੰਬਰ 1984 ਸਿਕ ਨਸਲ ਕੁਸ਼ੀ ਦੀ ਲੜਾਈ ਲੜੀ ਉਹਨੂੰ ਦੰਗੇ ਕਿਹਾ ਜਾਂਦਾ ਸੀ ਅਸੀਂ ਨਸਲ ਕੁਸ਼ੀ ਡਿਕਲੇਅਰ ਕਰਾਉਣ ਲਈ ਇੱਕ ਲਗਾਤਾਰ ਜਦੋਜਾਦ ਕੀਤੀ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਮੈਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ ਲਗਾਤਾਰ ਸੀ ਸ਼ੰਗਰ ਕੀਤਾ ਹੁਣ ਸਾਡੇ ਸਾਹਮਣੇ ਅਸੀਂ ਬੜੇ ਕੜਕੀ ਚ ਫਸ ਗਏ ਸੀ ਮਤਲਬ ਇਹ ਆ ਕਿ ਬੀਜੇਪੀ ਬੀਜੇਪੀ ਜਿੰਦੇ ਤੋਂ ਕਿਸਾਨ ਜਵਾਨ ਮਜ਼ਦੂਰ ਸਾਰੇ ਨਾਰਾਜ ਸਨ ਉਹਨਾਂ ਦੇ ਨਾਲ ਸਾਡੀ ਪਾਰਟੀ ਦਾ ਸਮਝੌਤੇ ਦੀਆਂ ਕੰਸੂਆਂ ਲਗਾਤਾਰ ਚੱਲ ਰਹੀਆਂ ਸੀ ਤੇ ਮੈਂ ਪਾਰਟੀ ਪ੍ਰਧਾਨ ਨੂੰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਬੇਨਤੀ ਕੀਤੀ ਕਿ ਚਲੋ ਭਾਜੀਪੀ ਜੇ ਪੰਜਾਬ ਦੇ ਕੁਝ ਮਸਲੇ ਹੱਲ ਕਰ ਦਿੰਦੀ ਏ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦੀ ਏ ਇਕਨੋਮਿਕ ਪੈਕੇਜ ਦੇ ਦਿੰਦੀ ਏ ਜਾਂ ਸਾਡੇ ਬੰਦੀ ਸਿੰਘ ਜਿਹੜੇ ਆ ਜੇਲਾਂ ਚੋਂ ਬੰਦ ਨੇ ਭਾਈ ਜਗਤਾਰ ਸਿੰਘ ਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੂੰ ਜੇ ਰਿਹਾ ਕਰ ਦਿੰਦੇ ਨੇ ਤੇ ਅਸੀਂ ਫਿਰ ਵੀ ਆਪਾਂ ਸੋਚ ਸਕਦੇ ਆ ਜਦੋਂ ਆਪਾਂ ਨੂੰ ਕੋਈ ਦੇ ਲਾ ਹੀ ਨਹੀਂ ਰਿਹਾ ਤੇ ਆਪਾਂ ਉਹਨਾਂ ਦੀਆਂ ਸੀਟਾਂ ਤੇ ਲੈ ਕੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨੂੰ ਨਾਲ ਲੈ ਕੇ ਆਪਾਂ ਪੰਜਾਬ ਦੇ ਵਿੱਚ ਬਾੜੀ ਨਹੀਂ ਸਕਦੇ ਕਿਉਂਕਿ 734 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਔਰ ਉਹਨਾਂ ਦੇ ਸੰਘਰਸ਼ ਦੇ ਵਿੱਚ ਐਡੀ ਵੱਡੀ ਕੁਰਬਾਨੀ ਹੋਈ ਉਹਨਾਂ ਦੇ ਪਰਿਵਾਰਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਸੋ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਸਾਡੇ ਕੋਲ ਜਦੋਂ ਅਸੀਂ ਐਨਾਲਿਸਿਸ ਕੀਤਾ ਸਾਰਾ ਤੇ ਸਾਨੂੰ ਇਹ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਠੀਕ ਇਹਦੇ 'ਚ ਮਤਭੇਦ ਵੀ ਰਹਿਏ ਪਰ ਸਰਡੇ ਫੈਡਰੇਸ਼ਨ ਦੇ ਬੜੇ ਪੁਰਾਣੇ ਆਗੂ ਸਰਦਾਰ ਜਗਮੀਤ ਸਿੰਘ ਬਰਾੜ ਆ ਪਿਛਲੇ ਦਿਨੀ ਜ세ਦਰ ਸੁੱਚਾ ਸਿੰਘ ਛੋਟੇਪੁਰ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਰਹਿ ਚੁਕੇ ਨੇ ਬੜੇ ਹੀ ਹੋਰ ਸਾਡੇ ਸੀਨੀਅਰ ਫੈਡਰੇਸ਼ਨ ਦੇ ਆਗੂ ਸਰਦਾਰ ਵਿਰਸਾ ਸਿੰਘ ਬਲਟੋਆ ਆਪਣੇ ਚਾਵਲਾ ਸਾਹਿਬ ਫਿਰ ਮਹਿਤਾ ਸਾਹਿਬ ਸਾਰੇ ਉਹਦੇ ਵਿੱਚ ਸੁਭਾਵਾਂ ਦੇ ਰਹੇ ਨੇ ਤਾਂ ਜਏ ਹਾਲਾਤਾਂ ਦੇ ਵਿੱਚ ਅਸੀਂ ਅਸੀਂ ਫੈਸਲਾ ਲਿਆ ਕਿ ਦੇਖੋ ਜਿਹੜੇ ਸਾਡੇ ਸਾਥੀ ਬੈਠੇ ਨੇ ਇਹਨਾਂ ਦੀ ਵੀ ਮਨੋਪਾਵਨਾ ਸੀ ਕਿ ਆਪਾਂ ਪੰਥਕ ਚਿਹਰੇ ਆ ਆਪਾਂ ਅਗਲੇ ਤੇ ਕਹ ਰਹੇ ਕਿ ਸਾਨੂੰ ਲੋਕ ਪੁੱਛਦੇ ਹੀ ਨਿਕਰਾਂ ਸਵਾਰ ਰਹੇ ਮਤਲਬ ਇਹ ਸਿੱਧੀ ਗੱਲ ਹੈ ਕਿ ਆਰਐਸਐਸ ਬੀਜੇਪੀ ਵਾਲੀ ਗੱਲ ਤੁਸੀਂ ਸ਼ੋਰ ਕਰਦੇ ਹੋ ਕਿ ਹੁਣ ਤੁਸੀਂ ਆਗੇ ਅਕਾਲੀ ਦਲ ਚ ਕਿ ਅਗਰ ਜੋ ਚੋਣਾਂ ਤੋਂ ਬਾਅਦ ਬੀਜੇਪੀ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਊਗਾ ਅਕਾਲੀ ਦਲ ਦਾ ਦੇਖੋ ਇਹ ਸਿਧਾਂਤਕ ਫੈਸਲੇ ਹੁੰਦੇ ਆ ਅੱਗੇ ਵੀ ਅਕਾਲੀ ਦਲ ਤੇ ਬੀਜੇਪੀ ਦਾ ਹੀ ਆਸਾਂ ਜ ਰਹੀ ਹੈ ਪਰ ਉਹਨਾਂ ਦੇ ਵਿੱਚ ਮੁੱਦੇ ਬਹੁਤ ਭਾਰੂ ਰਹਿੰਦੇ ਆ ਅੱਜ ਵੀ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸਾਡੇ ਸਾਹਮਣੇ ਜਿਹੜੇ ਵੱਡੇ ਮੁੱਦੇ ਨੇ ਕਿ ਉਹਨਾਂ ਮੁੱਦਿਆਂ ਦੀ ਕੁਝ ਕੀਤੀ ਜਾਵੇ ਮੈਨੂੰ ਯਾਦ ਹੈ ਕਿ ਤੁਸੀਂ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਤਿੱਖਾ ਸਵਾਲ ਕੀਤਾ ਸੀ ਉਹਨੇ ਗੱਲ ਨੂੰ ਗੋਲਮੋਲ ਕਰਤਾ ਸੀ ਲੇਕਿਨ ਮੈਂ ਕੋਈ ਗੱਲ ਨੂੰ ਗੋਲਮੋਲ ਨਹੀਂ ਕਰਨੀ ਚਾਹਾਂਗਾ ਮੈਂ ਇਹ ਗੱਲ ਕਾਂਗਾ ਮਤਭੇਦ ਸੀ ਠੀਕ ਹੈ ਜੀ ਲੇਕਿਨ ਮਨ ਭੇਦ ਨਹੀਂ ਹੁੰਦੇ ਕਿ ਅਸੀਂ ਰੋਜ਼ ਵਿਆਹ ਸਮਾਗਮਾਂ ਤੇ ਦੂਜੇ ਤੀਜੇ ਕਾਰਜਾਂ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਗੱਲਦੇ ਰਹਿੰਨੇ ਆ ਸੋ ਪਾਰਟੀ ਪ੍ਰਧਾਨ ਨਾਲ ਬੈਠ ਕੇ ਖੁੱਲਾ ਖੁੱਲੇ ਮਨ ਨਾਲ ਵਿਚਾਰਾ ਹੋਈਆਂ ਤੇ ਉਹਨਾਂ ਨੇ ਮੰਨਿਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਬਾਹਰ ਰਹਿ ਕੇ ਕਰ ਰਹੇ ਹੋ ਉਹ ਪਾਰਟੀ ਫਾਰਮ ਤੋਂ ਕਰੋ ਤੇ ਆਪਾਂ ਉਹਦਾ ਕੋਈ ਚੰਗਾ ਹੱਲ ਕੱਢੀਏ ਜਿਵੇਂ ਜਦੋਂ ਤੁਸੀਂ ਗਏ ਸੀਗੇ ਆਪਾਂ ਉਦੋਂ ਵੀ ਤੁਸੀਂ ਪ੍ਰੈਸ ਕਲੱਬ ਦੇ ਵਿੱਚ ਗੱਲਬਾਤ ਕੀਤੀ ਸੀ ਅੱਜ ਵੀ ਆਪਾਂ ਜਿਹੜਾ ਦੌਰ ਸੀਗਾ ਬੇਵਦੀਆਂ ਘਟਨਾਵਾਂ ਦਾ ਜ਼ਿਕਰ ਸੀਗਾ ਉਦੋਂ ਵੀ ਹੁਣ ਵੀ ਬੇਵਦੀਆਂ ਘਟਨਾਵਾਂ ਦਾ ਜ਼ਿਕਰ ਹੈ ਤਾਂ ਜਿਹੜੀ ਇਤਰਾਜ਼ ਸੀਗੇ ਮੇਨ ਬੇਵਦੀ ਦਾ ਇਤਰਾਜ਼ ਸੀ ਇਨਸਾਫ ਦੇ ਇਤਰਾਜ਼ ਸੀ ਉਹ ਇਤਰਾਜ਼ ਅੱਜ ਕਿੱਥੇ ਖੜਾ ਹੈ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਕਰਨਲ ਸਿੰਘ ਪੀਰ ਮੁਹੰਮਦ ਕੀ ਤੈਨੂੰ ਇਸ ਗੱਲ ਦਾ ਯਕੀਨ ਹੈ ਕਿ ਮੈਂ ਇਹੋ ਜਿਹਾ ਕੰਮ ਕਰ ਸਕਦਾ ਬੇਅਦਬੀ ਦਾ ਤੇ ਮੈਂ ਤਾਂ ਇੱਥੋਂ ਦਾ ਕਹਿ ਚੁੱਕਾ ਕਿ ਉਹਦਾ ਕੱਖ ਨਾ ਰਵੇ ਜਿਨਨੇ ਬੇਦਬੀ ਕੀਤੀ ਹੈ ਜਾਂ ਕਰਾਈ ਹੈ ਤੇ ਜਿਹੜੇ ਲੋਕ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਉਹਨਾਂ ਦਾ ਵੀ ਕੱਖ ਨਾ ਰਵੇ ਜੇ ਉਹ ਸਾਡੇ ਤੇ ਉਹ ਗੱਲ ਕਰਦੇ ਆ ਹੁਣ ਇੰਨੀ ਵੱਡੀ ਪਾਰਟੀ ਦੇ ਇੱਕ ਪ੍ਰਧਾਨ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਤੇ ਸਾਨੂੰ ਫਿਰ ਉਸ ਗੱਲ ਦੇ ਉੱਤੇ ਅਗਲੇ ਦਾ ਅੰਤ ਨਹੀਂ ਲੈਣਾ ਚਾਹੀਦਾ ਉਹਦੀ ਹੁਣ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉਹਦੇ ਚ ਜੋ ਆਵੇਗਾ ਸਾਹਮਣੇ ਉਹਨੂੰ ਫਿਰ ਵੇਖਿਆ ਜਾਏਗਾ ਕੀ ਹੁੰਦਾ ਪਰ ਇਹ ਆ ਇਹ 2015 ਦੀਆਂ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਕਿਹੜੀਆਂ ਘਟਨਾਵਾਂ ਰੋਕੀਆਂ ਨੇ ਉਸ ਤੋਂ ਬਾਅਦ ਕੌਣ ਕਰ ਰਿਹਾ ਇੱਕ ਕੌਨਸਪਿਰੈਂਸੀ ਇਹ ਜਦੋਂ ਦਾ ਇੱਥੇ ਚੋਣਾਂ ਦਾ ਦੌਰ ਚੱਲਿਆ ਕੁਝ ਲੋਕਾਂ ਨੂੰ ਇਹ ਲੱਗਾ ਕਿ ਅਸੀਂ 100-100 ਸੀਟਾਂ ਲੈ ਲੈਣੀਆਂ ਉਦੋਂ ਤੋਂ ਇਹ ਸਾਰਾ ਕੰਮ ਹੁੰਦਾ ਆਇਆ ਤੇ ਉਹ ਜਿਹੜੇ ਲੋਕ ਨੇ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਕਿ ਕਿਤੇ ਕੋਈ ਰਾਜਨੀਤਿਕ ਲਾਹ ਲੈਣ ਲਈ ਦੇਖੋ ਕੋਈ ਆਪਣੇ ਹੱਥੀ ਆਪਣੀ ਪਾਰਟੀ ਨੂੰ ਤੋੜਨਾ ਚਾਹੁੰਦਾ ਤੇ ਜਿਹੜੇ ਜਿਹੜਾ ਨੁਕਸਾਨ ਹੋਇਆ ਉਹਦਾ ਫਾਇਦਾ ਕਿਹਨੂੰ ਹੋਇਆ ਜਿਹੜੀ ਧਿਰ ਨੂੰ ਫਾਇਦਾ ਹੋਇਆ ਸਭ ਤੋਂ ਪਹਿਲਾਂ ਉਹਦੀ ਜਾਂਚ ਹੋਣੀ ਚਾਹੀਦੀ ਠੀਕ ਹੈ ਤੁਸੀਂ ਕਿਹਾ ਕਿ ਉਹ ਜਿਹੜੀ ਧਿਰ ਦਾ ਫਾਇਦਾ ਹੋਇਆ ਆਪਾਂ ਦੇਖਿਆ ਕਿ ਬੇਦਬੀ ਜਿਹੜਾ ਸਜ਼ਾਵਾ ਨਹੀਂ ਬੇਦਬੀ ਜਿਹੜੀ ਰਾਜਨੀਤਿਕ ਸਜ਼ਾ ਅਕਾਲੀ ਦਲ ਨੂੰ 2017 ਚ ਮਿਲ ਗਈ ਕੈਪਟਨ ਇੰਦਰ ਸਿੰਘ ਨੂੰ ਸਤੰਬਰ 2021 ਚ ਮਿਲ ਗਈ ਠੀਕ ਹੈ ਤੇ ਹੁਣ ਫਿਰ ਕਾਂਗਰਸ ਤੇ ਆ ਰਿਹਾ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਕਿ ਇਨਸਾਫ ਕੋਈ ਨਹੀਂ ਹੋਇਆ ਤੇ ਹਜੇ ਲੱਗ ਵੀ ਨਹੀਂ ਰਿਹਾ ਹੁਣ ਸਰਕਾਰ ਖਤਮ ਹੋਣ ਜਾ ਰਹੀ ਹੈ ਤੁਹਾਨੂੰ ਲੱਗਦਾ ਜੇ 2022 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਮੁੜਦੀ ਹੈ ਜਿਵੇਂ ਅੱਜ ਪਹਿਲਾਂ ਵੀ ਇੱਥੇ ਕਿਹਾ ਗਿਆ ਵਾਪਸੀ ਸੱਤਾ ਹੁੰਦੀ ਹੈ ਤਾਂ ਬੇਦਬੀ ਦੇ ਘਟਨਾਵਾਂ ਦੀ ਪਹਿਲ ਦੇ ਆਧਾਰ ਤੇ ਇਨਸਾਫ ਦਿੱਤਾ ਜਾਊਗਾ ਬਿਲਕੁਲ ਜੀ ਅਸੀਂ ਸਭ ਤੋਂ ਪਹਿਲਾਂ ਸਵਾਲ ਹੀ ਖੋਟਾਇਆ ਕਿ ਇਹ ਜਿਹੜੀ ਇਹਦੀ ਬੜੀ ਬਰੀਕੀ ਨਾਲ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸਾਨੂੰ ਇੱਕ ਆਪ ਜਾਂਚ ਕਮਿ ਜਿਹੜਾ ਇਹਦੀ ਹਰ ਪੱਧਰ ਦੀ ਜਾਂਚ ਕਰੇ ਕਿ ਇਹ ਰਾਜਨੀਤਿਕ ਇੱਕ ਵੱਡੀ ਸਾਜ਼ਿਸ਼ ਹੈ ਇਹ ਜਦੋਂ ਸਾਜ਼ਿਸ਼ ਸਾਹਮਣੇ ਆ ਜਾਏਗੀ ਸਭ ਕੁਝ ਕਲੀਅਰ ਹੋ ਜਾਏਗਾ ਕਿ ਅਸਲ ਦੋਸ਼ੀ ਕੌਣ ਹੈਗੇ ਆ ਜੀ ਤਾਂ ਤੁਸੀਂ ਪੰਥਕ ਆਗੂ ਵੀ ਹੋ ਜਿਹੜੀਆਂ ਪੰਥਕ ਸੰਸਥਾਵਾਂ ਨੇ ਅਕਾਲ ਤਖਸਾਲ ਦੇ ਜ세ਦਾਰ ਦਾ ਵੀ ਬਿਆਨ ਆਇਆ ਸੀਗਾ ਪਿੱਛੇ ਜੇ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਇਹਦੇ ਤੇ ਲਗਾਤਾਰ ਇਲਜ਼ਾਮ ਇਹ ਲੱਗ ਰਿਹਾ ਹੈ ਕਿ ਜੋ ਭਾਜਪਾ ਦੀਆਂ ਸੰਸਥਾਵਾਂ ਨੇ ਆਰਐਸਐਸ ਦੀਆਂ ਸੰਸਥਾਵਾਂ ਨੇ ਉਹ ਕਾਬਜ ਹੋ ਰਹੀਆਂ ਨੇ ਤਾਂ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਸੱਚਾਈ ਹੈ ਦੇਖੋ ਉਹ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਤੋੜਨਾ ਚਾਹੁੰਦੇ ਆ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਕੱਲ ਆਪਣੇ ਅੱਜ ਤੁਸੀਂ ਵੇਖੋ ਮਲੂਕਾ ਸਾਹਿਬ ਸਾਡੇ ਨਾਲ ਬੈਠੇ ਸੀ ਉਹਨਾਂ ਦੇ ਬਾਰੇ ਖਬਰ ਲੱਗੀ ਕਿ ਹੁਣੇ 2 ਮਿੰਟ ਪਹਿਲਾਂ ਉਹ ਮਾਮਾ ਨੇ ਉਹ ਫਵਾਵਾ ਦਾ ਮਤਲਬ ਇਹ ਆ ਕਿ ਪਾਰਟੀ ਨੂੰ ਡੈਮੇਜ ਕੀਤਾ ਜਾਵੇ ਸਾਡੀ ਜਿਹੜੀ origional ਪਾਰਟੀ ਉਹਨੂੰ ਤੋੜਿਆ ਜਾਵੇ ਤਾਂ ਉਸ ਨੂੰ ਠੱਲ ਪਾਉਣ ਵਾਸਤੇ ਅਸੀਂ ਅੱਜ ਇੱਕ ਵੱਡਾ ਫੈਸਲਾ ਲਿਆ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਇਹਦੇ ਵਿੱਚ ਤਾਂ ਪਾਰਟੀ ਦੇ ਵਿੱਚ ਤਾਂ ਹਰ ਇੱਕ ਆਉਣਾ ਚਾਹੁੰਦਾ ਹੈ ਮਾਣ ਸਨਮਾਨ ਵੀ ਚਾਹੁੰਦਾ ਹੈ ਲੇਕਿਨ ਪਾਰਟੀ ਦੇ ਫੈਸਲੇ ਜਿਹੜੇ ਆ ਉਹ ਧਾਰਮਿਕ ਤੌਰ ਤੇ ਤਿੱਖਣ ਬੁੱਧੀ ਵਾਲੇ ਹੋਣ ਸਮਾਜਿਕ ਤੌਰ ਤੇ ਵਧੀਆ ਹੋਣ ਆਰਥਿਕ ਤੌਰ ਤੇ ਹੋਣ ਸਾਡਾ ਨੌਜਵਾਨ ਬੇਰੁਜ਼ਗਾਰ ਹੈ ਉਹਨਾਂ ਦੇ ਲਈ ਇੱਕ ਵਧੀਆ ਹੋਵੇ ਇਕਨੋਮਿਕ ਏਜੰਡਾ ਤੈਅ ਕਰੀਏ ਜਿਨਾਂ ਦੇ ਸਾਡਾ ਪੰਜਾਬ ਬਚ ਸਕੇ ਇੱਥੇ ਨਸ਼ਿਆਂ ਦੀ ਮਾਰ ਦੇ ਵਿੱਚ ਜਿਹੜਾ ਪੰਜਾਬ ਦਲਦਲ ਦੇ ਵਿੱਚ ਫਸਿਆ ਹੋਇਆ ਉਹਦੇ ਚ ਬਾਹਰ ਕੱਢਿਆ ਜਾਵੇ ਇਹ ਸਾਰੇ ਮਸਲੇ ਆ ਜਿੱਦਾਂ ਇਹ ਜਦੋਂ ਤੁਸੀਂ ਜੁਆਇਨ ਕਰ ਰਹੇ ਹੋ ਬਿਕਰਮਜੀਤ ਸਿੰਘ ਮਜੀਠੀਆ ਤੇ ਪਰਚਾ ਹੋਇਆ ਤਾਂ ਪਾਰਟੀ ਉਹਨਾਂ ਦੇ ਪਿੱਛੇ ਖੜੀ ਹੈ ਤੁਸੀਂ ਵੀ ਬਿਕਰਮਜੀਤ ਸਿੰਘ ਮਜੀਠੀਆ ਦਾ ਡਿਫੈਂਸ ਲਓਗੇ ਮੈਂ ਤਾਂ ਉਸ ਗੱਲ ਦੀ ਐਡੀ ਵੱਡੀ ਕੋਖ ਕੀਤੀ ਹੈ ਮੈਂ ਤੁਹਾਨੂੰ ਕਿਸੇ ਦਿਨ ਤੁਸੀਂ ਮੇਰੇ ਨਾਲ ਸਪੈਸ਼ਲ ਕਰ ਦਿਓ ਮੈਂ ਐਡਾ ਵੱਡਾ ਖਲਾਸਾ ਕਰ ਦਿਆਂਗਾ ਤੁਹਾਡੇ ਨਾਲ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਕਿੱਡੀ ਵੱਡੀ ਸਾਜ਼ਿਸ਼ ਰਚੀ ਗਈ ਸੀ ਤੇ ਬਾਅਦ ਚ ਜਿਨ੍ਹਾਂ ਨੇ ਸਾਜ਼ਿਸ਼ ਰਚੀ ਸੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਣ ਕੇ ਸਾਡੇ ਸਾਹਮਣੇ ਮਾਫੀਆਂ ਮੰਗੀਆਂ ਉਹ ਸਾਰੇ ਐਪੀਸੋਡ ਦੇ ਵਿੱਚ ਮੈਂ ਆਈ ਵਿਟਨੈਸ ਆ ਜੇ ਤੁਹਾਡਾ ਲੱਗਣਾ ਕਿ ਸਾਰਾ ਜਿਹੜਾ ਕੇਸ ਹੈ ਨਵਕਿਰਨ ਸਿੰਘ ਹੋਣੀ ਵੀ ਲੜ ਰਿਹਾ ਤੁਹਾਡੇ ਵੀ ਜਾਣਕਾਰੀ ਉਹ ਸਾਰਾ ਸਾਰਾ ਜਿਹੜਾ ਜਿਹੜਾ ਸਾਰਾ ਸਾਰਾ ਕੇਸ ਹੈ ਉਹ ਸਾਜ਼ਿਸ਼ ਦਾ ਹਿੱਸਾ ਹੈ ਨਹੀਂ ਦੇਖੋ ਵਕੀਲ ਦਾ ਕੰਮ ਹੁੰਦਾ ਉਹਨੇ ਲੜਾਈ ਲੜਨੀ ਸਰਦਾਰ ਨਵਕੀਰ ਸਿੰਘ ਬਹੁਤ ਨੇਕ ਇਨਸਾਨ ਨੇ ਔਰ ਬਹੁਤ ਸਾਰੇ ਸਾਡੇ ਇਹੋ ਜਿਹੇ ਵਧੀਆ ਵਕੀਲ ਨੇ ਉਹਨਾਂ ਦੇ ਸਾਹਮਣੇ ਇੱਕ ਕੇਸ ਆਇਆ ਉਹਨਾਂ ਨੇ ਕੇਸ ਦੀ ਉਹ ਆਪਦੇ ਪੱਧਰ ਤੇ ਜਾਂਚ ਤਾਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਕਰਨੀ ਹੈ ਉਹਨਾਂ ਨੇ ਕੇਸ ਨੂੰ ਅੱਗੇ ਲੜਨਾ ਹੈ ਲੇਕਿਨ ਫੈਸਲਾ ਜਿਹੜਾ ਅਦਾਲਤ ਨੇ ਕਰਨਾ ਜਦੋਂ ਅਦਾਲਤ ਦਾ ਫੈਸਲਾ ਆਵੇਗਾ ਫਿਰ ਉਹਦੇ ਤੇ ਕਰਾਂਗੇ ਗੱਲ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਹੁਣ ਤੁਸੀਂ ਜਿਹੜੀਆਂ ਅਕਾਲੀ ਵਰਕਰ ਹੈ ਤੁਸੀਂ ਪਿੰਡਾਂ ਚ ਜਾਣਾ ਚੋਣਾ ਦਾ ਮਸਲਾ ਹੈ ਤੇ ਕੀ ਕਹਿਣਾ ਚਾਹੋਗੇ ਚੋਣਾ ਤੋਂ ਬਾਹਰ ਵੀ ਇੱਕ ਕਾਲੀ ਦਲ ਹੈਗਾ ਕੱਲਾ ਚੋਣ ਜਿੱਤਣਾ ਜਾਂ ਚੋਣ ਲੜਨਾ ਹੀ ਕਾਲੀ ਦਲ ਦਾ ਕੰਮ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਉਹ ਜਿਹੜਾ ਵਰਕਰ ਹੈ ਉਹ ਸਾਰੇ ਪੰਥਕ ਸਰੋਕਾਰਾਂ ਨਾਲ ਹੁਣ ਜੁੜਿਆ ਹੋਇਆ ਜਾਂ ਚੋਣਾ ਨਾਲ ਜੁੜਿਆ ਹੋਇਆ ਮੈਨੂੰ ਪਾਰਟੀ ਪ੍ਰਧਾਨ ਨੇ ਪੁੱਛਿਆ ਸੀ ਕਿ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਜਾਂ ਪਾਰਟੀ ਲਈ ਕੰਮ ਕਰਨਾ ਚਾਹੁੰਦੇ ਮੈਂ ਕਿਹਾ ਜੀ ਮੈਂ ਪਾਰਟੀ ਲਈ ਕੰਮ ਕਰਨਾ ਚਾਹੁੰਨਾ ਮੈਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਬਲਾਰਾ ਬਣਾਇਆ ਗਿਆ ਤੇ ਅੱਜ ਜਿਹੜੀ ਜ਼ਿੰਮੇਵਾਰੀ ਆ ਸੌਂਪੀ ਗਈ ਉਹ ਦੇਖੇ ਗਏ ਨੇ ਬਾਕਾਇਦਾ ਇਹ ਜਿਹੜ ਹੋਇਆ ਮੀਡੀਆ ਨਾਲ ਵੀ ਅੱਛੇ ਤਰੀਕੇ ਨਾਲ ਵਿਚਾਰ ਕਰਕੇ ਜਿਹੜੇ ਜਿਹੜੇ ਮਸਲੇ ਪੰਥ ਦੇ ਪੰਜਾਬ ਦੇ ਜਾਂ ਪਾਰਟੀ ਨੂੰ ਮਜ਼ਬੂਤੀ ਲਈ ਹੋਣਗੇ ਉਹ ਆਪਣੇ ਤੁਹਾਡੇ ਵਰਗੇ ਸਿਆਣੇ ਸੱਜਣਾ ਨਾਲ ਸਲਾਹ ਮਸ਼ਵਰਾ ਕਰਕੇ ਪਾਰਟੀ ਫੋਰਮ ਦੇ ਉੱਤੇ ਠਾਉਂਦੇ ਰਾਂਗੇ ਧੰਨਵਾਦ ਬਹੁਤ-ਬਹੁਤ ਐਸਨ ਕਰਨੈਲ ਸਿੰਘ ਪੀ ਮੁਹੰਮਦ ਜਿਨ੍ਹਾਂ ਨੇ ਕਿਹਾ ਕਿ ਪਾਰਟੀ ਫੋਰਮ ਤੇ ਮਸਲੇ ਜਿਹੜੇ ਨੇ ਉਠਾਉਂਦੇ ਰਹਿਣਗੇ ਜਿਹੜੇ ਹੁਣ ਪੰਥ ਨੂੰ ਮਜ਼ਬੂਤ ਕਰਨ ਦੇ ਲਈ ਉਹ ਅਜ ਕਾਲੀ ਦਲ ਦੇ ਵਿੱਚ ਵਾਪਸ ਆਏ ਨੇ ਧੰਨਵਾਦ